ਇੱਕ ਇਹਨੇ ਡੱਕ ਇੱਕ ਚੀਜ਼ ਨਹੀਂ ਦੇਣੀ ਇਹਨਾਂ ਨੂੰ, ਇਹਨੇ ਇੱਕ ਚੀਜ਼ ਹੁਣ ਇਹਦਾ ਮੁੱਖ ਮੰਤਰੀ ਦਾ ਉਵੇਂ ਹੀ ਚੁਟਕਲੇ ਸੁਣਾਉਣ ਵਾਲਾ ਆ ਜਿਹੜਾ ਕੈਂਡੀਡੇਟ ਇੱਥੇ ਉਹ ਕਿਹੜਾ ਜਿਹੜਾ ਹੈਗਾ ਕਰਮਜੀਤ ਨਵਾਲ, ਉਹ ਜਿਹਾ ਹੀ ਉਹ ਹੈ, ਇਕੱਠੇ ਦਾਰੂ ਪੀਂਦੇ ਆ, ਇਕੱਠੇ ਸਾਰਾ ਕੰਮ ਕਰਦੇ ਆ, ਭਗਵੰਤ ਮਾਨ ਦਾ ਡੁਪਲੀਕੇਟ ਹੈ। ਹੁਣ ਜੇ ਤੁਸੀਂ 5 ਸਾਲ ਹੋ ਜਾ ਬੰਦਾ ਚਾਹੁੰਦੇ ਆ ਫਿਰ ਸਾਡੇ ਵੀ ਹੱਥ ਖੜੇ ਹੈ ਯਾਰ। ਸੇਵਾ ਅਕਾਲੀ ਦਲ ਕਰੇ, ਤੁਹਾਡਾ ਸੰਘਰਸ਼ ਤੁਹਾਡਾ ਕਰੇ, ਐਸ਼ ਦੂਜੇ ਕਰਨ। ਲੀਡਰ ਇੱਕ ਰਾਤ 'ਚ ਨਹੀਂ ਬਣਦੇ, ਜੇ ਜੇ ਇੱਕ ਲਹਿਰ ਤੁਸੀਂ ਲੀਡਰ ਬਣਾਉਣਾ ਚਾਹੋਗੇ ਨਾ ਭਗਵੰਤ ਮੰਗ ਵੱਗੂ ਹੋਊਗੀ। ਲੀਡਰ ਬਣਦੇ ਆ ਤਪੱਸਿਆ ਨਾਲ, ਜਿਹੜੇ ਲੀਡਰ ਅੱਗ ਵਿੱਚੋਂ ਨਿਕਲਦੇ ਆ ਲੀਡਰ ਬਣੇ ਆ, ਜਿਵੇਂ ਬਾਦਲ ਸਾਹਿਬ ਬਣੇ। 70 ਸਾਲ ਅਕਾਲੀ ਦਲ ਦੀ ਸੇਵਾ ਕੀਤੀ, 70 ਸਾਲ, 16 ਸਾਲ ਜੇਲ੍ਹਾਂ ਕੱਟੀਆਂ, ਡਾਂਗਾਂ ਖਾਧੀਆਂ, ਹਰ ਇਲੈਕਸ਼ਨ ਲੜੇ, ਤੁਹਾਡਾ ਦਿਲ ਜਿੱਤਿਆ, ਤਾਂਹੀਓ 5 ਵਾਰ ਮੁੱਖ ਮੰਤਰੀ ਬਣੇ। ਕਿੱਥੇ ਉਹ ਇਨਸਾਨ, ਕਿੱਥੇ ਹੈ ਜੇ ਨਲਾਇਕ। ਆ ਪਿੱਛੇ ਕਹੀ ਜਾਂਦੇ ਆ ਕਿ ਵਿਆਹ ਕਰਾ ਲਏ, ਹਲੇ ਤਾਂ ਪਤਾ ਨਹੀਂ ਆ ਵੀ ਤੀਜਾ ਨਾ ਵਿਆਹ ਹੋ ਜੇ। ਤੁਸੀਂ ਇਹਨਾਂ ਦੇ MLA ਦੇਖ ਲਓ, ਅੱਧੇ ਇਹਨਾਂ ਦੇ ਕਰਾ ਲਏ, ਹੁਣੇ ਸੈਕਿੰਡ ਰਾਊਂਡ ਸ਼ੁਰੂ ਹੈ ਹੁਣ। ਜਿਹੜੇ ਮੈਂ ਗੱਲ ਕਰਨਾ ਚਾਹੁੰਦਾ ਹੈ, ਦੇਖੋ ਆਪਣੇ ਆਪਣੇ ਆ, ਚੰਗੇ ਆ ਮਾੜੇ ਆ ਤੁਹਾਡੇ ਆ, ਤੁਹਾਡੇ ਵਿੱਚ ਹੀ ਰਹਿਣਾ ਹੈ। ਅਕਾਲੀ ਦਲ ਪਾਰਟੀ ਤੁਹਾਡੀ ਹੈ, ਆ ਜਿਹੜੀ ਜੰਗ ਲੜ ਰਹੇ ਹੈ ਸਹੀ ਮਿਹਨਤ ਹੈ। ਇੱਕ ਪਾਸੇ ਤੁਹਾਡੀ ਫੌਜ ਹੈ ਅਕਾਲੀ ਦਲ, ਦੂਜੇ ਪਾਸੇ ਦਿੱਲੀ ਵਾਲੀ ਹੈ। ਫੈਸਲਾ ਤੁਸੀਂ ਕਰਨਾ, ਤੁਸੀਂ ਕਰਨਾ ਕਿ ਆਪਣੀ ਫੌਜ ਨੂੰ ਤਕੜਾ ਰੱਖਣਾ ਕਿ ਦਿੱਲੀ ਵਾਲਿਆਂ ਦਾ ਕਬਜ਼ਾ ਫਿਰ ਤੋਂ ਕਰਾਉਣਾ। ਦੇਖੋ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ, ਖਾਲਸਾ ਜੀ ਦੱਸਾਂ ਕਿੱਡਾ ਵੱਡਾ ਨੁਕਸਾਨ ਹੋਇਆ। RSS ਨੇ ਜਦੋਂ ਦੇਖਿਆ ਅਕਾਲੀ ਦਲ ਤਾਂ ਜਮਾਂ ਹੀ ਪੰਜਾਬ ਥੱਲੇ ਲਾਤਾ, RSS ਨੇ ਤਖ਼ਤ ਹਜ਼ੂਰ ਸਾਹਿਬ 'ਤੇ ਕਬਜ਼ਾ ਕਰ ਲਿਆ, RSS ਨੇ ਤਖ਼ਤ ਪਟਨਾ ਸਾਹਿਬ 'ਤੇ ਕਬਜ਼ਾ ਕਰ ਲਿਆ, RSS ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਕਰ ਲਿਆ। RSS ਦੀ ਸਰਕਾਰ, ਦਿੱਲੀ ਵਾਲੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣੇ ਦੀ ਅਲੱਗ ਬਣਾ ਦਿੱਤੀ, ਜਿੱਥੇ RSS ਕਾਬਜ਼ ਹੋ ਗਈ ਹੈ। ਹੁਣ ਤੁਸੀਂ ਚਾਹੋਗੇ ਕਿ ਹੁਣ RSS ਹੀ ਤੁਹਾਡੀ ਦੱਸੇ ਕਿਵੇਂ ਅਰਦਾਸ ਕਰਨੀ ਹੈ। ਤੁਹਾਡੇ ਧਰਮ 'ਤੇ ਐਡਾ ਵੱਡਾ ਹਮਲਾ ਹੋ ਗਿਆ ਕਿਉਂਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ, ਫੌਜ ਕਮਜ਼ੋਰ ਕਰਤੀ। ਜਿਹੜੀਆਂ ਕੌਮਾਂ ਖਤਮ ਹੁੰਦੀਆਂ ਐਂ ਹੁੰਦੀਆਂ, ਜਦੋਂ ਆਪਣੇ ਹੀ ਲੋਕ ਵਿੱਚ ਪਛਾਣਦੇ ਨਹੀਂ, ਗੱਦਾਰੀ ਕਰਦੇ ਹੈ। ਹੁਣ ਦਾਦੂਵਾਲ ਹੈ, ਦਾਦੂਵਾਲ ਨੂੰ ਆਪਾਂ ਵੱਡਾ ਪੰਥ ਸਮਝਦੇ ਸੀ ਅਤੇ ਅਕਾਲੀ ਦਲ ਨੂੰ ਕਹਿੰਦੇ ਪੰਥ ਹੀ ਹੈ ਨਹੀਂ। ਦਾਦੂਵਾਲ ਦੇ ਅੱਖੇ ਲੱਗਦੇ ਸੀ, ਉਹ ਮੰਡ ਦੇ ਅੱਖੇ ਲੱਗਦੇ ਸੀ, ਭਾਈ ਮੋਹਕਰ ਸਿੰਘ ਸਾਰੇ ਏਜੰਸੀਆਂ ਦੇ ਬੰਦੇ ਹੈ, IP ਦੇ ਬੰਦੇ ਹੈ, ਉਹ ਖੜਾ ਕਰਦੇ ਆ ਕੌਮ ਵਿੱਚ ਦੋ ਫਾੜ ਕਰਨ ਵਾਸਤੇ। ਆਪਾਂ ਗੱਲਾਂ 'ਚ ਆ ਜਾਂਦੇ ਹਾਂ, ਤੁਸੀਂ ਸਾਰੇ ਗਿੱਦੜ ਵੇਲੇ ਬਾਦਲ ਸਾਹਿਬ ਨੂੰ ਜਾਣਦੇ ਹੋ ਕਿ ਬਾਦਲ ਸਾਹਿਬ ਬੇਅਦਬੀ ਕਰਾ ਸਕਦੇ ਆ, ਪਰ ਸੁਣੇ ਜੀ ਅਕਾਲੀ ਦਲ ਨੇ ਸਰਕਾਰ ਨੇ ਬੇਅਦਬੀ ਕਰਾਤੀ। ਯਾਰ ਬਾਦਲ ਸਾਹਿਬ ਗੁਰੂ ਘਰ ਦੀ ਸੇਵਾ ਕਰਨ ਵਾਲੇ ਹੈ, ਘਰੇ ਸਵੇਰੇ ਅਰਦਾਸ ਕਰਕੇ, ਮਹਾਰਾਜ ਦਾ ਪ੍ਰਕਾਸ਼ 24 ਘੰਟੇ ਹੈ ਉੱਥੇ ਘਰ 'ਚ ਹੈ, ਅਤੇ ਸੇਵਾ ਕਰਕੇ ਅਰਦਾਸ ਕਰਕੇ ਨਿਕਲਦੇ ਆ। ਉਹਨਾਂ ਨੂੰ ਤਾਂ ਕਹਿਤਾ ਤੁਸੀਂ ਦੋਸ਼ੀ ਹੋ।